ਵਾਹੀ ਦਾ ਕੰਮ ਚੱਲਦਾ ਤੇ ਕਰ ਰਿਹਾ ਕਣਕ ਵਾਲੀ ਤਿਆਰ। ਪਿੰਡ ਮੁੰਡੇ ਦਾ ਖੇਤ ਆ, ਉਹਦੀ ਜ਼ਮੀਨ ਤਿਆਰ ਕਰਕੇ ਕਣਕ ਬੀਜਣੀ ਆ। ਆਹ ਸਾਹਮਣੇ ਘਰ ਆ ਤੇ ਬਾਕੀ ਚੱਲਦਾ ਇੰਟਰਨੈਸ਼ਨਲ ਪੂਰਾ ਸੁਭਾਗੇ ਤੇ 855 ਖੜਾ ਆਪਣਾ ਹੈਰੋਆਂ ਤੇ ਹੈਰੋਨਾ ਬਾਤੀ ਇੱਕ ਵਾਰ ਤੇ ਹੁਣ 13 ਹੋਰ ਬਾਹੁਣੇ ਆ ਹੈਰੋ ਨਾਲ। ਚੱਲਦਾ ਕੰਮ ਕਾਰ ਵਧੀਆ ਪੂਰਾ। ਲੱਗੇ ਜੀ ਪਿੰਡ ਵਾਲੀ ਮੋਟਰ 'ਤੇ ਸਪਰੇ ਕਰਾਉਣ, ਪਹਿਲੀ ਸਪਰੇ ਕਰਾਉਣ ਲੱਗੇ ਹਾਂ। LR ਆਲੂ ਆ ਅਤੇ ਬਾਕੀ ਦੇਖੋ ਵੀ ਕਿੱਦਾਂ ਖੜ੍ਹਾ ਏ। ਇਹ ਹੋ ਗਿਆ 25-28 ਕੁ ਦਿਨ ਦਾ ਹੋ ਗਿਆ, ਤਕਰੀਬਨ ਮਹੀਨੇ ਦਾ ਹੀ ਹੋ ਚੱਲਿਆ ਅਤੇ ਪਹਿਲੀ ਸਪਰੇ ਕਰਨ ਲੱਗੇ ਹਾਂ ਅਤੇ ਲਾਏ ਨੇ ਬੰਦੇ ਕਰਨ, ਇੱਕ ਇੱਕ ਪੰਪ ਭਰ ਕੇ ਲੈ ਚੱਲੇ। ਉੱਧਰੋਂ ਗੰਨੇ ਕੰਨਿਓਂ ਲੱਗਣਗੇ ਕਰਨ ਅਤੇ ਬਾਕੀ ਆਪਾਂ ਪਾਈ ਆ ਪਹਿਲੀ ਸਪਰੇ 'ਚ M45 ਅੱਧਾ ਕਿਲੋ ਕੀਲੇ ਦੀ ਅਤੇ 11 ਦਾ ਜੈਂਕ। ਇਹ ਬਹੁਤ ਵਧੀਆ ਰਿਜ਼ਲਟ ਦਿੰਦਾ 11 ਦਾ ਜੈਂਕ। ਇਹ ਲੀਟਰ ਪਾਉਂਦੇ ਆਪਾਂ 6 ਕਿੱਲਿਆਂ 'ਚ, 7 'ਚ ਵੀ ਪਾ ਦਈਦਾ। ਅਤੇ ਆਹ ਬਾਕੀ ਤੇਲੇ ਤੋਂ ਆ, ਆਹ ਪਈ ਆ ਘੋਲੀ ਦਵਾਈ। ਅਤੇ ਕਰਤਾ ਸਟਾਰਟ ਬੰਦਿਆਂ ਨੇ ਕੰਮ। ਬਾਕੀ ਆਲੂ ਦੀ ਗਰੋਥ ਚੈੱਕ ਕਰੋ, ਵੇਲ ਕਿੱਡੀ ਕਿੱਡੀ ਕਾ ਹੈਗੀ, 1-1 ਫੁੱਟ ਦੀ ਵੇਲ ਹੈਗੀ ਆ। ਅਤੇ ਬਾਕੀ ਸਾਈਡ ਤੋਂ ਕਿਤੋਂ ਨੰਗਾ ਕਰਕੇ ਦੇਖਦੇ ਹਾਂ ਵੀ ਕਿੰਨਾ ਕੁ ਟਿਊਮਰ ਬਣੇ ਆ ਹੇਠਾਂ, ਕੀ ਹਿਸਾਬ ਕਿਤਾਬ ਆ। ਦੇਖੋ ਐਡੀ ਵੇਲ ਆ, ਅਗਲੇ ਪਾਣੀ ਨੂੰ ਵੇਲ ਲੱਗਦਾ ਗਿਰੇ ਜਾਊਗੀ। ਵਧੀਆ ਗਰੋਥ ਹੋਈ ਆਲੂ ਦੀ। ਆ ਦੇਖੋ ਬਣਨ ਲੱਗ ਗਿਆ ਆਲੂ, ਦੇਖੋ ਹੋ ਗਿਆ ਇਹ ਸਾਈਜ਼ ਜਿੰਨਾ ਹੋ ਗਿਆ। ਕਹਿਣ ਦਾ ਮਤਲਬ ਗੋਲੀ ਹੁੰਦੀ ਹੈ ਜਿੰਨੀ ਕੁ, ਉਹ ਹਿਸਾਬ ਨਾਲ ਹੋ ਗਿਆ। ਬਾਕੀ ਸਪਰੇਹਾਂ ਕਰੇ ਤਾਂ ਹੋਰ ਵਧੀਆ ਹੋ ਜਾਣਾ। ਅਤੇ ਮਿੱਤਰੋ ਮਿਹਨਤ ਨਾਲ ਆ ਸਾਰਾ ਕੁਛ, ਜੇ ਮਿਹਨਤ ਕਰਾਂਗੇ ਸਾਰਾ ਕੁਛ ਆ, ਨਹੀਂ ਕੁਛ ਵੀ ਨਹੀਂ ਹੈਗਾ, ਕੋਈ ਨਹੀਂ ਪੁੱਛਦਾ ਹੈਗਾ। ਬਾਕੀ ਇੱਧਰ ਵੀ ਲੱਗਿਆ ਹੋਇਆ ਟਿਊਮਰ, ਆਹ ਵੀ ਹੈਗਾ ਏ। ਇੱਧਰ ਵੀ ਲੱਗਿਆ ਹੋਇਆ, ਹੈਗੇ ਨੇ ਹਲੇ 5-4 ਟਿਊਮਰ। ਅਤੇ ਬਾਕੀ ਹਲੇ ਹੋਰ ਗਰੋਥ ਕਰਨਗੇ, ਹਲੇ ਤਾਂ ਸਪਰੇਹਾਂ ਵੀ ਨਹੀਂ ਹੋਈਆਂ ਹੈਗੀਆਂ। ਬਾਕੀ ਸਪਰੇਹਾਂ ਨਹੀਂ, ਆਲੂ ਦਾ ਗਰੋਥ ਕਰਨੀ ਆ, ਆਪਣਾ ਟਿਊਮਰ ਵਧਾਉਣੇ ਨੇ।
ਆਪਾਂ ਨੂੰ 3 ਸਾਲ ਹੋਏ ਨੇ ਲਾਉਂਦਿਆਂ ਨੂੰ ਆਲੂ। ਪਹਿਲਾਂ ਆਪਾਂ ਸਟਾਰਟਿੰਗ ਕੀਤੀ ਤੀ 6 ਕਿੱਲੇ ਲਾਏ ਤੀ, ਫਿਰ 9 ਕਿੱਲੇ ਲਾਏ, ਫਿਰ ਐਤਕੀ ਹੈਗੇ ਨੇ ਆਪਣੇ 32-33 ਕਿੱਲੇ ਆਲੂਆਂ ਦੇ, ਅਤੇ ਬਾਕੀ 2 ਕਿੱਲੇ ਕਣਕ ਦੇ ਨੇ। ਚੱਲਦਾ ਸਪਰੇਅ ਦਾ ਕੰਮ, ਅਤੇ ਗੰਨਾ ਵੀ ਚੱਲ ਪੈਣਾ ਹੁਣ ਅਗਲੇ ਮਹੀਨੇ, ਪਰਚੀ ਆ ਜਾਣੀ ਗੰਨੇ ਦੀ, ਗੰਨਾ ਵੀ ਸੱਟਾਂਗੇ ਆਪਣੇ ਸਲਾਣਾ ਸ਼ੂਗਰ ਮਿੱਲ 'ਚ। ਅਤੇ ਖਾਲ ਭਰ ਲਿਆ ਜੀ ਆਪਾਂ ਪਾਣੀ ਦਾ, ਭਾਜੇ ਪਾਣੀ ਦੀ ਸਪਰੇਅ ਕਰਾਉਣ ਨੇ ਆਪਾਂ। ਬਾਕੀ ਕਰੋ ਚੈੱਕ, ਚੱਲਦਾ ਕੰਮ ਕਾਰ ਵਧੀਆ। ਬੀਜਣ ਆ ਬਾਜਰ ਵਾਲੀ ਜਗ੍ਹਾ 'ਤੇ, ਉੱਪਰ 1-11 ਖਾਲੀ ਪਿਆ ਸੀ ਉੱਧਰ, ਅਤੇ ਆਪਾਂ ਟਰੈਕਟਰ ਤੋਂ ਬਾਅਦ ਦੀ ਦਿਵਾਲੀ ਕਰਕੇ, ਅਤੇ ਧਵਾਏ ਤੋਂ ਬਾਅਦ ਅੱਜ ਚਲਾਉਣਾ ਹੈ। ਡਾਈ ਦਾ ਛਿੱਟਾ ਦੇ ਰਹੇ ਨੇ, ਅਤੇ ਫਿਰ ਕਰਦੇ ਹਾਂ ਵਾਹੀ। ਜੰਮੀ ਥੈਲੀ ਦੀ ਆ, ਥੈਲੀ ਵਾਲੀ ਆ, ਜੰਮੀ ਥੈਲੀ ਵਾਲੀ ਆ। ਕਿਆ ਕਿਲੋ ਪੈਂਦੇ ਆ ਬਿੱਘੇ 'ਚ? ਇੱਧਰ ਕਣਕ ਆ, ਹੈ ਗੁਰਸੇਵਕ ਬੀਜ ਕੇ ਗਿਆ ਤੀ, ਹੈਨਾ ਆ ਕਣਕ ਖੜੀ ਹੈ ਇੱਧਰ ਟੋਏ 'ਚ। ਇੱਕ ਪਾਸਿਓਂ ਦੇ ਦੇ ਜੰਮੀ ਦਾ ਛਿੱਟਾ, ਉਹ ਹਿਸਾਬ ਨਾਲ ਦੇਈ ਜਿਹੜਾ, ਚਾਹੇ ਦੂਰੀ ਦੂਰੀ ਕੇ ਲਾ ਜਾਵੇ ਕੋਈ ਚੱਕਰ ਨਹੀਂ, ਹੈਨਾ ਖੰਡਾ ਕੇ ਮਾਰ ਦੱਬ ਕੇ ਜੇ ਇੱਕਣ ਦਾ ਇੱਥੇ ਪੈ ਜਾਣਾ ਇਹਦਾ 2 ਗੇੜਿਆਂ 'ਚ, ਦੂਰ ਸੱਟ ਥੋੜ੍ਹਾ ਜਿਹਾ। ਉੱਧਰ ਸਪਰੇਅ ਦਾ ਵੀ ਚੱਲਦਾ ਕੰਮ ਕਰ ਰਹੇ ਨੇ ਬੰਦੇ ਸਪਰੇਅ, ਅਤੇ ਰੂਟਾਵੀਟਰ ਰਹਿ ਗਿਆ ਸੀ ਧੋਣ ਤੋਂ, ਤਕਰੀਬਨ ਕੰਮ ਤਾਂ ਮੁੱਕੇ ਗਿਆ, ਤਾਂ ਇਹਨੂੰ ਵੀ ਧੋਣੇ ਆ ਇੱਕ ਦਿਨ, ਅਤੇ ਟਰੈਕਟਰ ਧਵਾ ਲਿਆ ਜੀ ਆਪਾਂ ਦੋਏ। ਬਾਕੀ ਟਰੈਕਟਰ ਰਹਿੰਦੇ ਨੇ ਉਹ ਧੋ ਦਾਂਗੇ, ਹਲੇ ਚੱਲਦੇ ਨੇ ਉਹ ਕੰਮ ਕਾਰ 'ਚ। ਮੋਟਰ 'ਤੇ ਬੀਜਣੀ ਜੀ ਆਪਾਂ ਸਰੋਂ, ਅਤੇ ਪਹਿਲਾਂ ਸਰੋਂ ਬੀਜੀ ਤੀ ਆਪਾਂ, ਮਾੜੀ ਮੋਟੀ ਹੋ ਜਾਂਦੀ ਆ, ਅਤੇ ਬਾਅਦ ਦੁਬਾਰਾ ਬੀਜ ਦਾਂਗੇ। ਪਹਿਲਾਂ ਇੱਕ ਵਾਰ ਮਾਰਦੇ ਰੂਟਾ ਬੀਟਾ, ਅਤੇ ਇਹ ਵੀ ਆਪਣੇ ਕੋਲ ਜਗ੍ਹਾ ਤਾਂ ਬਚ ਗਈ ਸੀ, ਗਿੱਲਾ ਹੋ ਗਿਆ ਸੀ ਉੱਪਰ, ਗੰਨੇ 'ਚੋਂ ਪਾਣੀ ਆ ਗਿਆ ਸੀ, ਅਤੇ ਆਪਾਂ ਇੱਧਰ ਲਾ ਦੇ ਸੀ ਆਲੂ। ਬਾਕੀ ਆਪਣਾ ਸਾਰਾ ਆਲੂ ਵਧੀਆ ਬਣਾ, ਅਤੇ ਇੱਕ ਵਾਰ ਬਾਹਲੇ ਫਿਰ ਸਰੋਂ ਦਾ ਛਿੱਟਾ ਦੇ ਕੇ ਫੇਰ ਦਾਂਗੇ ਪੋਲਾ ਪੋਲਾ। ਸਪਰੇ ਕਰਾ ਤੀ ਆਪਾਂ ਆਲੂਆਂ 'ਤੇ, ਸਪਰੇ ਦਾ ਕੰਮ ਲੱਗੜ ਗਿਆ ਸੀ, ਅਤੇ ਵਧੀਆ ਹੋਊਗਾ।